ਖਬਰ ਹੁਸ਼ਿਆਰਪੁਰ ਦੇ ਸਿੰਗੜੀਵਾਲਾ ਬਾਈਪਾਸ ਨਜ਼ਦੀਕ ਤੋਂ ਹੈ, ਜਿੱਥੇ ਕਿ ਸਿੰਗੜੀਵਾਲਾ ਰੇਲਵੇ ਫਾਟਕ ਨਜ਼ਦੀਕ ਇੱਕ ਖੋਖੇ ਤੋਂ ਆਪ ਕੌਂਸਲਰ ਜਸਵੰਤ ਰਾਏ ਕਾਲਾ ਦੇ ਭਰਾ ਦੀ ਭੇਦ ਭਰੇ ਹਾਲਾਤਾਂ ਵਿੱਚ ਲਾਸ਼ ਮਿਲੀ ਹੈ। ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਥਾਣਾ ਮਾਡਲ ਟਾਊਨ ਦੇ ਪੁਲਿਸ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ। ਮ੍ਰਿਤਕ ਦੀ ਪਹਿਚਾਣ ਗੁਰਨਾਮ ਲਾਲ ਪੁੱਤਰ ਪ੍ਰਕਾਸ਼ ਚੰਦ ਵਾਸੀ ਮਹੱਲਾ ਆਦਰਸ਼ ਨਗਰ ਪਿਪਲਾਂ ਵਾਲਾ ਵਜੋਂ ਹੋਈ ਹੈ। ਇਸ ਦੌਰਾਨ ਮ੍ਰਿਤਕ ਨੌਜਵਾਨ ਦੇ ਭਰਾ ਜਸਵੰਤ ਰਾਏ ਕਾਲਾ ਨੇ ਦੱਸਿਆ ਕਿ ਉਸ ਦਾ ਭਰਾ ਸਿੰਗੜੀਵਾਲਾ ਰੇਲਵੇ ਫਾਟਕ ਨਜ਼ਦੀਕ ਹੀ ਚਾਹ ਅਤੇ ਰੋਟੀ ਬਣਾਉਣ ਦਾ ਖੋਖਾ ਚਲਾਉਂਦਾ ਸੀ ਅਤੇ ਆਪਣੇ ਸਮਾਨ ਦੀ ਰਾਖੀ ਲਈ ਖੋਖੇ 'ਤੇ ਹੀ ਰਾਤ ਨੂੰ ਸੌਂ ਜਾਂਦਾ ਸੀ। ਉਹਨਾਂ ਦੱਸਿਆ ਕਿ ਸਵੇਰੇ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਉਸ ਦੇ ਭਰਾ ਦੀ ਮੌਤ ਹੋ ਚੁੱਕੀ ਹੈ ਅਤੇ ਜਦੋਂ ਉਹ ਮੌਕੇ 'ਤੇ ਪਹੁੰਚੇ ਤਾਂ ਉਸ ਦੇ ਭਰਾ ਦੀ ਮ੍ਰਿਤਕ ਦੇ ਮੰਚੇ ਤੋਂ ਹੇਠਾਂ ਪਈ ਹੋਈ ਸੀ ਅਤੇ ਉਸ ਦੀ ਐਕਟਿਵਾ ਦੇ ਪਰਸ 'ਚੋਂ ਪੈਸੇ ਗਾਇਬ ਸਨ। ਉਹਨਾਂ ਆਪਣੇ ਭਰਾ ਦੇ ਕਤਲ ਹੋਣ ਦਾ ਸ਼ੱਕ ਜਤਾਇਆ ਹੈ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਭਾਅ ਜੀ, ਕੀ ਨਾਮ ਹੈ ਤੁਹਾਡਾ? ਜਸਵੰਤ ਰਾਏ। ਠੀਕ ਹੈ ਜਸਵੰਤ ਜੀ, ਕੀ ਵਾਰਦਾਤ ਹੋਈ ਹੈ ਉੱਥੇ ਸਿੰਗੜੀਵਾਲਾ ਦੇ ਕੋਲ? ਬਾਤ ਇੱਦਾਂ, ਦੇਖੋ ਜੀ, ਮੇਰੇ ਤੋਂ ਮੇਰਾ ਛੋਟਾ ਬ੍ਰਦਰ ਸੀ, ਮੈਨੂੰ ਕੋਈ ਪੌਣੇ 7:30 ਵਜੇ ਮੇਰੇ ਕੋਲ ਬੰਦਾ ਆਇਆ, ਮੇਰੇ ਕੋਲ ਉੱਥੇ ਕਲੋਨੀ 'ਚ ਆਦਰਸ਼ ਕਲੋਨੀ 'ਚ ਬੰਦਾ ਆਇਆ, ਪਰ ਉਹਨੇ ਆ ਕੇ ਮੈਨੂੰ ਦੱਸਿਆ ਵੀ ਕਹਿੰਦਾ ਵੀ ਤੁਹਾਡਾ ਭਰਾ ਜਿਹੜਾ ਛੋਟਾ ਉੱਥੇ ਬੋਲਦਾ ਨਹੀਂ ਹੈਗਾ। ਅਤੇ ਮੈਂ 2 ਮਿੰਟ ਲਾਏ ਜਾ ਕੇ ਗਿਆ ਤਾਂ ਜਾ ਕੇ ਦੇਖਿਆ ਤਾਂ ਉਹ ਥੱਲੇ ਪਿਆ ਸੀਗਾ। ਤਾਂ ਉਹ ਫਿਰ ਸਾਨੂੰ ਥੋੜ੍ਹੀ ਜਿਹੀ ਸ਼ੱਕ ਜਿਹੀ ਹੋ ਗਈ, ਫਿਰ ਮੈਂ ਕਿਹਾ ਵੀ ਚਲੋ ਅਟੈਕ ਅਟੂਕ ਹੋ ਗਿਆ। ਸਾਨੂੰ ਬਾਅਦ ਵਿੱਚ ਪਤਾ ਲੱਗਾ ਵੀ ਉਹਦੀ ਐਕਟਿਵਾ ਵੀ ਹੈ ਨਹੀਂ, ਉਹਦਾ ਪਰਸ ਵੀ ਹੈ ਨਹੀਂ, ਉਹਦਾ ਮੋਬਾਈਲ ਵੀ ਹੈ ਨਹੀਂ। ਫਿਰ ਸਾਨੂੰ ਥੋੜ੍ਹੀ ਸ਼ੱਕ ਜਿਹੀ ਪੈ ਗਈ, ਵੀ ਸ਼ੱਕ ਦੇ ਤੌਰ 'ਤੇ ਅਸੀਂ ਫਿਰ ਉਹਨਾਂ ਨੂੰ ਪੁਲਿਸ ਨੂੰ ਇਨਫੋਰਮ ਕੀਤਾ। ਪੁਲਿਸ ਵੀ ਮੌਕੇ 'ਤੇ ਆਈ, ਹੁਣ ਦੇਖੋ ਕੀ ਕਾਰਵਾਈ ਕਰਦੀ ਕੀ ਨਹੀਂ, ਹਾਲੇ ਤਾਂ ਪੂਰਾ ਪਤਾ ਨਹੀਂ ਲੱਗਦਾ ਕੀ। ਤੁਹਾਨੂੰ ਕੀ ਲੱਗਦਾ ਕੋਈ ਕਤਲ ਕੀਤਾ ਗਿਆ? ਤੁਸੀਂ ਦੱਸ ਦੇ ਕਿ ਪੈਸੇ ਵੀ ਹੈ ਨਹੀਂ, ਐਕਟਿਵਾ ਵੀ ਹੈ ਨਹੀਂ, ਸ਼ੱਕ ਆ ਵੀ ਸ਼ੱਕ ਦੇ ਅਦਾਰੇ ਜਾਂ ਵੀ ਧੌਣ ਤੋਂ ਲੱਗਦਾ ਮਾੜਾ ਜਿਹਾ, ਬਾਕੀ ਹੁਣ ਪੋਸਟ ਮਾਸਟਰ ਦਾ ਪਤਾ ਲੱਗੂ। ਕੰਮ ਕਾਰ ਕੀ ਕਰਦੇ ਸੀਗੇ ਜੀ? ਇਹ ਹੋਟਲ ਦਾ ਕੰਮ ਕਰਦੇ ਸੀ, ਚਾਹ ਬਣਦਾ। ਠੀਕ ਹੈ, ਤੇ ਰਹਿੰਦੇ ਵੀ ਉੱਥੇ ਸੀਗੇ? ਰਹਿੰਦੇ ਕਲੋਨੀ ਸੀਗੇ, ਆਉਣ ਜਾਣ ਮਤਲਬ ਜੀ ਰਹਿੰਦੇ ਹੋਟਲ 'ਚ ਹੀ ਸੀਗਾ, ਹੋਟਲ 'ਚ ਉੱਥੇ ਹੀ ਰਹਿੰਦਾ ਸੀ। ਨਾਮ ਕਿਹਾ ਜੀ ਉਹਨਾਂ ਦਾ? ਇਹਨਾਂ ਦਾ ਗੁਰਨਾਮ ਲਾਲ ਹੈ। ਅਤੇ ਠੀਕ ਹੈ ਜੀ, ਅਤੇ ਉਮਰ ਕਿੰਨੀ ਸੀ ਇਹਨਾਂ ਦੀ? ਮੇਰਾ 52 ਸਾਲ ਦੀ ਹੈ। ਵਿਆਹੇ ਹੋਏ ਸੀਗੇ ਜੀ? ਹਾਂਜੀ ਹਾਂਜੀ, 2 ਬੱਚੇ ਆ। ਠੀਕ ਹੈ ਜੀ, ਅਤੇ ਘਰ ਦੇ ਵਿੱਚ ਹੋਰ ਕੌਣ ਕੌਣ ਹੈ ਜੀ? ਬਸ 2 ਛੋਟਾ ਬੱਚਾ ਅਤੇ ਵਾਈਫ ਆ। ਰਾਤ ਨੂੰ ਰਾਖੀ ਲਈ ਉੱਥੇ ਰਹਿੰਦੇ ਸੀ ਆਪਣੇ ਸਮਾਨ ਦੇ? ਹਾਂਜੀ। ਪਿਛਲੇ ਕਿੰਨੇ ਸਮੇਂ ਤੋਂ ਜਸਵੰਤ ਜੀ ਇਹ ਕੰਮ ਕਰਦੇ ਸੀ? 2 ਸਾਲ ਤੋਂ ਹੋ ਗਿਆ। ਠੀਕ ਹੈ, ਅਤੇ ਪੁਲਿਸ ਦੇ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ? ਦੇਖਦੇ ਹਾਂ ਜੀ, ਪੁਸਟ ਮਾਸਟਰ ਤੋਂ ਬਾਅਦ ਪਤਾ ਲੱਗੂਗਾ ਕੀ ਹੈਗਾ। ਕੀ ਮੰਗ ਕਰਦੇ ਪੁਲਿਸ ਪ੍ਰਸ਼ਾਸਨ ਤੋਂ? ਦੇਖੋ ਸੰਤਾਂ ਨੂੰ ਇਨਸਾਫ ਚਾਹੀਦਾ, ਦੇਖ ਕੀ ਹੈਗਾ ਕੀ ਨਹੀਂ, ਕਿਉਂਕਿ ਸ਼ੱਕ ਸਾਨੂੰ ਪੈ ਗਈ ਹੈ ਕਿ ਉਹਦੀ ਐਕਟਿਵਾ ਹੈ ਨਹੀਂ, ਪਰਸ ਹੈ ਨਹੀਂ ਅਤੇ ਮੋਬਾਈਲ ਹੈ ਨਹੀਂ। ਇਸ ਤੋਂ ਪਤਾ ਕਿ ਕੋਈ ਲੁੱਟ ਖੋ ਜਾਂ ਕੁਛ ਵੀ ਹੋ ਸਕਦਾ, ਹੁਣ ਪਤਾ ਲੱਗੂ ਉਸ ਸਮੇਂ ਬੋਰਡ ਰੂਮ ਤੋਂ ਬਾਅਦ ਪਤਾ ਲੱਗੂ। ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਨੇੜੇ ਰੇਲਵੇ ਫਾਟਕ ਪਿਪਲਾਂ ਵਾਲਾ ਚਾਹ ਖੋਖਾ ਆ, ਡੈਡ ਬੋਡੀ ਮਤਲਬ ਪਈ ਹੋਈ ਆ। ਤੁਸੀਂ ਮੌਕੇ 'ਤੇ ਪੁੱਛਿਆ, ਮੌਕਾ ਦੇਖਿਆ ਆ, ਫਿਲਹਾਲ ਇਨਵੈਸਟੀਗੇਸ਼ਨ ਕਰ ਰਹੇ ਹਾਂ, ਸਟੇਟਮੈਂਟ ਹਾਲੇ ਰਿਕਾਰਡ ਕਰਨੀ ਆ ਵਾਰਸਾਂ ਦੀ, ਉਹਦੇ ਆਧਾਰ 'ਤੇ ਕੀ ਆ ਉਸ ਹਿਸਾਬ ਨਾਲ ਤਫਤੀਸ਼ ਕੀਤੀ ਜਾਊਗੀ ਜੋ ਵੀ ਤੁਹਾਨੂੰ ਸਾਂਝੀ ਕੀਤੀ ਜਾਊਗੀ। ਜੀ, ਇਹ ਵਾਰਸਾਂ ਦਾ ਜਿਵੇਂ ਕਹਿਣਾ ਉੱਥੋਂ ਸਮਾਨ ਵੀ ਗਾਇਬ ਹੈ, ਐਕਟਿਵਾ ਪਰਸ ਤੋਂ ਵਿੱਚੋਂ ਪੈਸੇ ਗਾਇਬ ਹੈ, ਅਤੇ ਉਹਨਾਂ ਨੂੰ ਕਤਲ ਦਾ ਜਿੱਦਾਂ ਖਦਸ਼ਾ ਉਹਨਾਂ ਵੱਲੋਂ ਪ੍ਰਗਟਾਇਆ ਜਾ ਰਿਹਾ। ਹੁਣ ਤੱਕ ਔਰਲ ਦਾ ਆਪਾਂ ਲਿਖਤੀ ਵਿੱਚ ਜੋ ਕਰਾਂਗੇ ਉਹ ਸਾਨੂੰ ਦੱਸਿਆ ਜਾਊਗਾ।